ਨੇ ਲੋਕਾਂ ਨੂੰ ਲਿਖਤੀ ਵੀ ਤੇ ਜ਼ਬਾਨੀ ਵੀ ਲਾਰੇ ਲਾਏ ਕਿ ਅਸੀਂ ਤੁਹਾਡੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਤੁਹਾਡੀ ਜਿਹੜੀ ਪੈਨਸ਼ਨ ਸਕੀਮ ਬਹਾਲ ਕਰ ਦਿਆਂਗੇ, ਜਿਹੜੇ ਤੁਹਾਡੇ ਪੈਨਸ਼ਨ ਦੇ ਬਕਾਏ ਰਹਿੰਦੇ ਆ ਉਹ ਅਸੀਂ ਦੇ ਦਿਆਂਗੇ। ਪਰ ਸਰਕਾਰ ਬਣਨ ਤੋਂ ਬਾਅਦ ਸਰਕਾਰ ਬਿਲਕੁਲ ਮੁੱਕਰ ਗਈ, ਹੁਣ ਸਾਡੇ ਮਾਮਲੇ ਸਾਰੇ ਉਵੇਂ ਹੀ ਖੜੇ ਆ। ਜਿਵੇਂ ਪੈਨਸ਼ਨਰਾਂ ਦਾ 2.59 ਦਾ ਫੈਕਟਰ ਜਿਹੜਾ ਹੈਗਾ ਉਹ ਸਰਕਾਰ ਨੇ ਠੀਕ ਨਹੀਂ ਕੀਤਾ ਹੈ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਹੈ, ਕੱਚੇ ਕਾਮੇ ਪੱਕੇ ਨਹੀਂ ਕੀਤੇ ਹਨ, ਜਿਹੜਾ ਬਕਾਇਆ ਬਣਦਾ ਸੀਗਾ ਸਾਡਾ ਪੇ ਕਮਿਸ਼ਨ ਦਾ ਉਹ ਨਹੀਂ ਦਿੱਤਾ ਹੈ। ਪੰਜਾਬ ਦੀ ਸਰਕਾਰ ਨੂੰ ਯਾਦ ਕਰਾਉਣੇ ਆ ਕਿ ਤੂੰ ਤੇ ਕਿਹੜੇ ਵਾਅਦੇ ਕਰਕੇ ਮੁਲਾਜ਼ਮਾਂ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ, ਅੱਜ ਇੱਕ ਵੀ ਪੰਜਾਬ ਦੇ ਮੁਲਾਜ਼ਮਾਂ ਦਾ ਇੱਕ ਵੀ ਮਸਲਾ ਹੱਲ ਨਹੀਂ ਕੀਤਾ। ਇਸ ਵਾਸਤੇ ਅਸੀਂ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਲੋਕਾਂ ਨੂੰ ਚੇਤਨਾ ਮਾਰਚ ਜਿਹੜਾ ਕੱਢ ਰਹੇ ਹਾਂ। ਕਰਪਸ਼ਨ ਦੀ ਜਿਹੜੀ ਗੱਲ ਲੈ ਕੇ ਸਰਕਾਰ ਇਹ ਹੋਂਦ 'ਚ ਆਈ ਹੈ, ਕਰਪਸ਼ਨ ਮੈਂ ਸਮਝਦਾ ਕਦੇ ਖਤਮ ਨਹੀਂ ਹੋਈ। ਠੀਕ ਹੈ, ਇਹਨਾਂ ਦਾ ਪ੍ਰਚਾਰ ਜ਼ਰੂਰ ਕਰ ਰਹੇ ਨੇ ਵੀ ਅਸੀਂ ਆਹ ਫੜ ਲਿਆ ਫਲਾਨਾ ਲਿਆ, ਪਹਿਲਾਂ ਵੀ ਫੜੇ ਜਾਂਦੇ ਸੀ ਜਿਹੜੇ ਕਰਪਸ਼ਨ ਕਰਦੇ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ, ਮੈਂ ਨਰਸਿੰਘ ਸਿੱਧੂ। ਜਿੱਥੇ ਕਿ ਬਦਲਾਅ ਵਾਲੀ ਸਰਕਾਰ ਕਹਿ ਰਹੇ ਕਿ ਵੀ ਬਦਲਾਅ ਆਊਗਾ, ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਕਿ ਬਦਲਾਅ ਆਊਗਾ, ਕਿ ਕੋਈ ਧਰਨਾ ਨਹੀਂ ਲੱਗੂਗਾ, ਪਰ ਇਹ ਬਦਲਾਅ ਜ਼ਰੂਰ ਦਿਖਾਈ ਦੇ ਰਿਹਾ, ਕਿਉਂਕਿ ਜਿਹੜੇ ਮੁਲਾਜ਼ਮ ਤੁਹਾਨੂੰ ਦਿਖਾ ਦੇ ਕਿ ਇਹ ਵੀਰ ਜਿਹੜੇ ਮੁਲਾਜ਼ਮ ਹੈਗੇ, ਪੈਨਸ਼ਨਰ ਹੈਗੇ, ਇਹਨਾਂ ਵੱਲੋਂ ਜਿਹੜੀ ਇਸ ਸਰਕਾਰ ਦੀ ਪੂਰੀ ਸਪੋਰਟ ਕੀਤੀ ਗਈ ਸੀ, ਜਦੋਂ ਸਰਕਾਰ ਬਣਾਉਣ ਵਿੱਚ ਪੂਰੀ ਸਪੋਰਟ ਕੀਤੀ ਗਈ ਸੀ, ਜਦੋਂ ਵੀ ਚੋਣਾਂ ਜਿੱਤੇ ਸੀ ਉਦੋਂ ਲੱਡੂ ਵੀ ਵੰਡੇ ਗਏ ਸੀ, ਸਾਰੇ ਮੁਲਾਜ਼ਮ ਸੀ, ਮੁਲਾਜ਼ਮ ਵਰਗ ਦਾ ਬਹੁਤ ਵੱਡਾ ਸਹਿਯੋਗ ਰਿਹਾ ਸੀਗਾ, ਪਰ ਬਦਲਾਅ ਵੀ ਛੇਤੀ ਆਇਆ ਜਿਹੜੇ ਇਹਨਾਂ ਦੀ ਮਦਦ 'ਤੇ ਸੀਗੇ, ਅਤੇ ਇਹਨਾਂ ਲਈ ਜਿਹੜੀਆਂ ਮਠਿਆਈਆਂ ਵੀ ਵੰਡੀਆਂ ਗਈਆਂ ਸੀ, ਲੱਡੂ ਵੀ ਵੰਡੇ ਗਏ ਸੀ, ਅਤੇ ਹੁਣ ਇਹਨਾਂ ਦੇ ਵਿਰੋਧ ਵਿੱਚ ਵੀ ਧਰਨੇ ਲੱਗਣੇ ਜਿਹੜੇ ਸ਼ੁਰੂ ਹੋ ਗਏ ਸਾਡੇ ਨਾਲ। ਵੀਰ ਜੀ ਜੁੜੇ, ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਕੀ ਨਾਮ ਹੈ ਜੀ? ਦਰਸ਼ਨ ਮੌੜ ਜੀ, ਜ਼ਿਲ੍ਹਾ ਸਕੱਤਰ, ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਬਠਿੰਡਾ। ਜਦੋਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆਉਣੀ ਸੀਗੀ ਉਦੋਂ ਬਹੁਤ ਵੱਡਾ ਸਹਿਯੋਗ ਕੀਤਾ ਸੀਗਾ ਸਾਰੇ ਮੁਲਾਜ਼ਮਾਂ ਨੇ, ਅਤੇ ਜਦੋਂ ਜਿੱਤ ਗਏ ਸੀਗੇ ਉਦੋਂ ਲੱਡੂ ਵੀ ਵੰਡੇ ਸੀ, ਮਠਿਆਈਆਂ ਵੰਡੀਆਂ ਅਤੇ ਖੁਸ਼ੀਆਂ ਵੀ ਮਨਾਈਆਂ, ਰੈਲੀਆਂ ਵੀ ਕੱਢੀਆਂ ਸੀਗੀਆਂ, ਪਰ ਅੱਜ ਉਹਦੇ ਉਲਟ ਰੈਲੀਆਂ ਕੱਢੀਆਂ ਜਾ ਰਹੀਆਂ। ਕੀ ਗੱਲ ਹੈ, ਐਡਾ ਬਦਲਾਅ ਐਡੀ ਛੇਤੀ ਕਿਵੇਂ ਆ ਗਿਆ? ਪੰਜਾਬ ਸਰਕਾਰ ਜਿਹੜੀ ਉਦੋਂ ਬਣੀ, ਇਹਨਾਂ ਨੇ ਲੋਕਾਂ ਨੂੰ ਲਿਖਤੀ ਵੀ ਅਤੇ ਜ਼ਬਾਨੀ ਵੀ ਮਤਲਬ ਲਾਰੇ ਲਾਏ ਕਿ ਅਸੀਂ ਤੁਹਾਡੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਤੁਹਾਡੀ ਜਿਹੜੀ ਪੈਨਸ਼ਨ ਸਕੀਮ ਬਹਾਲ ਕਰ ਦਿਆਂਗੇ, ਜਿਹੜੇ ਤੁਹਾਡੇ ਪੈਨਸ਼ਨ ਦੇ ਬਕਾਏ ਰਹਿੰਦੇ ਆ ਉਹ ਅਸੀਂ ਦੇ ਦਿਆਂਗੇ। ਪਰ ਸਰਕਾਰ ਬਣਨ ਤੋਂ ਬਾਅਦ ਸਰਕਾਰ ਬਿਲਕੁਲ ਮੁੱਕਰ ਗਈ, ਅਤੇ ਅਸੀਂ ਲਗਭਗ 4 ਸੂਬਾ ਲੈਵਲ ਦੀਆਂ ਰੈਲੀਆਂ ਕੀਤੀਆਂ ਵੱਖ ਵੱਖ ਥਾਵਾਂ 'ਤੇ। ਸਰਕਾਰ ਦੇ ਨੁਮਾਇੰਦੇ ਆ ਕੇ ਟਾਈਮ ਦੇ ਜਾਂਦੇ ਵੀ ਵਿੱਤ ਮੰਤਰੀ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਾ ਦਿੰਦੇ ਹਾਂ, ਪਰੰਤੂ 4 ਵਾਰੀ ਵਿੱਤ ਮੰਤਰੀ ਆਇਆ ਹੀ ਨਹੀਂ ਹੈ। ਮਤਲਬ ਉਹਨਾਂ ਦੀ ਹਿੰਮਤ ਨਹੀਂ ਪਈ ਵੀ ਮੁਲਾਜ਼ਮਾਂ ਨਾਲ, ਪੈਨਸ਼ਨਰਾਂ ਨਾਲ ਉਹ ਅੱਖ ਮਿਲਾ ਕੇ ਗੱਲ ਕਰ ਸਕਣ। ਹੁਣ ਸਾਡੇ ਮਾਮਲੇ ਸਾਰੇ ਉਵੇਂ ਹੀ ਖੜੇ ਹੈ। ਜਿਵੇਂ ਪੈਨਸ਼ਨਰਾਂ ਦਾ 2.59 ਦਾ ਫੈਕਟਰ ਜਿਹੜਾ ਹੈਗਾ ਉਹ ਸਰਕਾਰ ਨੇ ਠੀਕ ਨਹੀਂ ਕੀਤਾ ਹੈ, ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਹੈ, ਸਰਕਾਰ ਨੇ ਕੱਚੇ ਕਾਮੇ ਪੱਕੇ ਨਹੀਂ ਕੀਤੇ ਹਨ, ਸਰਕਾਰ ਨੇ ਜਿਹੜਾ ਬਕਾਇਆ ਬਣਦਾ ਸੀਗਾ ਸਾਡਾ ਪੇ ਕਮਿਸ਼ਨ ਦਾ ਉਹ ਨਹੀਂ ਦਿੱਤਾ ਹੈ, ਸਰਕਾਰ ਦੇ ਕੰਨੀ ਹੁਣ ਸਾਡੀਆਂ 3 ਘੱਟੋ ਘੱਟ ਕਿਸ਼ਤਾਂ ਰਹਿੰਦੀਆਂ ਹਨ, ਸਰਕਾਰ ਉਸ ਤੋਂ ਮੁੱਕਰ ਗਈ ਹੈ। ਸਰਕਾਰ ਜਿਹੜੀ ਹੈ ਝੂਠੇ ਲਾਰੇ ਵਾਅਦੇ ਲਾ ਕੇ ਆਈ ਸੀ, ਇਹ ਸਰਕੇ ਕੁਛ ਦੇਰ ਉਡੀਕ ਕੇ ਸਾਡੇ ਸਾਰੇ ਸਾਥੀਆਂ ਨੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਇਹ ਫੈਸਲਾ ਕੀਤਾ ਵੀ ਇਸ ਸਰਕਾਰ ਦਾ ਵਿਰੋਧ ਕੀਤਾ ਜਾਵੇ। ਇਹਦੇ ਨਾਲ ਨਾਲ ਹੀ ਕੇਂਦਰ ਦੀ ਸਰਕਾਰ ਜਿਹਨੇ ਪੈਨਸ਼ਨ ਸਕੀਮ ਬੰਦ ਕੀਤੀ ਹੈ, ਜਿਹਨੇ ਨਿੱਜੀਕਰਨ, ਪ੍ਰਾਈਵੇਟੇਸ਼ਨ ਅਤੇ
ਪ੍ਰਾਈਵੇਟੇਸ਼ਨ ਲਿਆ ਕੇ ਸਾਰੇ ਮਹਿਕਮਿਆਂ ਨੂੰ ਵੇਚਣ ਦਾ, ਖਤਮ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ, ਉਸ ਦੇ ਖਿਲਾਫ਼ ਵੀ ਅੱਜ ਦਾ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ, ਸੂਬਾ ਸਰਕਾਰ ਦੇ ਖਿਲਾਫ਼ ਵੀ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਵੀ। ਸੋ ਇਸ ਕਰਕੇ ਅਸੀਂ ਸਾਰੇ ਇੱਥੇ ਇਕੱਠੇ ਹੋਏ। ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਵੀ ਜਿਹੜੀ ਆਮ ਪਾਰਟੀ ਦੀ ਸਰਕਾਰ ਹੋਊਗੀ ਉਹ ਚੰਡੀਗੜ੍ਹ ਤੋਂ ਨਹੀਂ ਹੈਗਾ, ਤਾਂ ਲੋਕਾਂ ਦੇ ਵਿੱਚੋਂ ਚੱਲੂਗੀ। ਕਿੰਨਾ ਕੁ ਹੁਣ ਤੁਹਾਡੇ ਨਾਲ ਮਿਲਦੇ ਇੱਥੋਂ? ਇਹ ਕੋਈ ਆਮ ਆਦਮੀ ਦੀ ਸਰਕਾਰ ਨਹੀਂ ਹੈ। ਜਿਹੜੇ ਸੱਤ ਇਹਨਾਂ ਨੇ ਰਾਜ ਸਭਾ ਦੇ ਮੈਂਬਰ ਬਣਾਏ ਉਹ ਸੱਤੇ ਹੀ, ਕੋਈ ਇੰਡਸਟਰੀਅਲਿਸਟ ਹੈ, ਕੋਈ ਵੱਡਾ ਆਦਮੀ ਹੈ, ਪੈਸੇ ਧੇਲੇ ਵਾਲੇ ਬੰਦੇ ਹੈ, ਉਹਨਾਂ ਨੇ ਅੱਜ ਤੱਕ ਇੱਕ ਵੀ ਆਵਾਜ਼ ਪੰਜਾਬ ਦੇ ਲੋਕਾਂ ਲਈ ਨਹੀਂ ਉਠਾਈ। ਇਹ ਕੋਈ ਆਮ ਆਦਮੀ ਵਾਲੀ ਇੱਥੇ ਕੋਈ ਗੱਲ ਨਹੀਂ, ਇਹ ਸਾਰਾ ਸਰਮਾਏਦਾਰ ਦਾ ਟੋਲਾ ਇਕੱਠਾ ਹੋਇਆ ਹੈਗਾ ਅਤੇ ਸਰਮਾਏਦਾਰ ਨੀਤੀਆਂ ਕੇਂਦਰ ਸਰਕਾਰ ਵਾਲੀਆਂ ਹੀ ਇਹ ਲਾਗੂ ਕਰ ਰਹੇ। ਇਹ ਕਹਿੰਦੇ ਕਿ ਅਸੀਂ ਜਿਹੜੇ ਨੌਜਵਾਨ ਭਰਤੀ ਕੀਤੇ ਹੈਗੇ, ਪਰ ਲੋਕ ਕਹਿ ਰਹੇ ਹੈਗੇ ਕਹਿੰਦੇ ਜਿਹੜੇ ਭਰਤੀ ਕੀਤੇ ਵੀ ਆ ਉਹ ਵੀ ਬਾਹਰਲੇ ਸੂਬਿਆਂ 'ਤੇ ਬਹੁਤ ਜ਼ਿਆਦਾ ਹੈਗੇ, ਪੰਜਾਬ 'ਤੇ ਬਹੁਤ ਘੱਟ ਹੈਗੇ। ਸਰਕਾਰ ਨੇ ਚੋਣਾਂ ਜਿੱਤਣ ਵਾਸਤੇ ਜਿੱਥੇ ਪੰਜਾਬ ਦੇ ਪਾਣੀਆਂ ਨੂੰ ਦਾਤੇ ਲਾਤਾ, ਉਵੇਂ ਹੀ ਪੰਜਾਬ ਦੀਆਂ ਨੌਕਰੀਆਂ ਨੂੰ ਵੀ ਦਾਤੇ ਲਾਇਆ ਹੋਇਆ ਹੈਗਾ। ਅਤੇ ਇਵੇਂ ਜਿਹੜੀ ਭਰਤੀ ਹੈਗੀ ਹੈ ਉਹ ਵੱਧ ਦੂਜੇ ਸੂਬਿਆਂ ਦੇ ਮੁਲਾਜ਼ਮਾਂ ਨੂੰ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਉੱਥੇ ਇਹ ਆਪਣੀਆਂ ਚੋਣਾਂ 'ਚ ਪ੍ਰਚਾਰ ਕਰ ਸਕਣ। ਅਤੇ ਅਸੀਂ ਤਾਂ ਦੇਖੋ ਪੰਜਾਬ ਦੇ ਵਿੱਚ ਵੀ ਤੁਹਾਡੇ ਮੁਲਾਜ਼ਮਾਂ ਨੂੰ ਰੱਖ ਰਹੇ ਹਾਂ। ਇਹ ਸਾਰਾ ਵੋਟ ਬਟੋਰਨ ਦਾ ਸਾਰਾ ਜਿਹੜਾ ਸਿਸਟਮ ਸਰਕਾਰ ਨੇ ਲਾਗੂ ਕੀਤਾ ਹੋਇਆ। ਵੀਰ ਜੀ ਤੁਹਾਡਾ ਕੀ ਨਾਮ? ਮੇਰਾ ਨਾਮ ਮੱਖਣ ਸਿੰਘ ਹੈ ਜੀ। ਮੈਂ ਪੰਜਾਬ ਸੋਡੀਅਮ ਸਰਵਿਸ ਫੈਡਰੇਸ਼ਨ ਦਾ ਜ਼ਿਲ੍ਹਾ ਕਨਵੀਨਰ ਹੈ ਜੀ। ਪੰਜਾਬ ਸਰਕਾਰ ਵੱਲੋਂ ਵੱਡੀਆਂ ਵੱਡੀਆਂ ਫਲੈਕਸਾਂ ਲਾਈਆਂ ਗਈਆਂ, ਕਹਿੰਦੇ 36,000 ਕੱਚੇ ਕੰਮ ਹੈ ਜਿਹੜੇ ਪੱਕੇ ਕਰਤੇ। ਦੇਖਣ ਨੂੰ ਮਿਲ ਰਿਹਾ ਕਿਤੇ ਕਿ ਵੀ ਜਿਹੜੇ ਕੋਈ ਪੱਕੇ ਕੀਤੇ ਹੋਣ? ਦੇਖੋ ਜੀ, ਜਿਹੜੇ ਵੱਡੀਆਂ ਵੱਡੀਆਂ ਫਲੈਕਸਾਂ ਮਾਨ ਸਰਕਾਰ ਨੇ ਲਾਈਆਂ, ਅਸੀਂ ਸਮਝਦੇ ਹਾਂ ਵੀ ਝੂਠ ਦੇ ਪਲੰਦੇ ਤੋਂ ਬਿਨਾਂ ਉਹਦੇ ਵਿੱਚ ਕੁਛ ਨਹੀਂ ਹੈ। ਕੋਈ 36,000 ਮੁਲਾਜ਼ਮ ਜੇ ਕੋਈ ਪੱਕਾ ਕੀਤਾ ਹੁੰਦਾ ਬਿਜਲੀ ਬੋਰਡ ਦਾ, ਵਾਟਰ ਸਪਲਾਈ ਸੀਵਰੇਜ ਬੋਰਡ ਦਾ, ਜੰਗਲਾਤ ਮਹਿਕਮੇ ਦਾ ਜਾਂ ਵੱਖ ਵੱਖ ਵਿਭਾਗਾਂ ਦਾ, ਸਾਨੂੰ ਕਿਤੇ ਨਜ਼ਰ ਨਹੀਂ ਆਇਆ ਉਹੀ ਮੁਲਾਜ਼ਮ ਅੱਜ ਸੜਕਾਂ 'ਤੇ ਜਿਨ੍ਹਾਂ ਨੂੰ ਇਹ ਕਹਿੰਦੇ ਵੀ 36,000 ਕੱਚੇ ਮੁਲਾਜ਼ਮ ਪੱਕੇ ਕਰਦੇ। ਜਿਹੜੀ ਇਹ ਸਰਕਾਰ ਸੀ ਧਰਨਿਆਂ 'ਚੋਂ ਨਿਕਲੀ ਸੀ ਅਤੇ ਕਰਪਸ਼ਨ ਨੂੰ ਖਤਮ ਕਰਨ ਦੇ ਨਾਂ 'ਤੇ ਨਿਕਲੀ ਸੀਗੀ, ਪਰ ਹੁਣ ਖੁਦ ਜਿਹੜਾ ਇਹਨਾਂ ਦਾ ਕੇਜਰੀਵਾਲ ਹੈ ਉਹ ਖੁਦ ਕਰਪਸ਼ਨ ਦੇ ਕੇਸ ਵਿੱਚ ਜੇਲ੍ਹ 'ਚ ਬੈਠਾ ਹੈਗਾ, ਕੀ ਕਹਿਣਾ ਤੁਹਾਨੂੰ? ਦੇਖੋ ਜੀ, ਗੱਲ ਇਹ ਹੈ ਵੀ ਕਰਪਸ਼ਨ ਦੀ ਜਿਹੜੀ ਗੱਲ ਲੈ ਕੇ ਸਰਕਾਰ ਇਹ ਹੋਂਦ 'ਚ ਆਈ ਹੈ, ਕਰਪਸ਼ਨ ਮੈਂ ਸਮਝਦਾ ਕਿਤੇ ਖਤਮ ਨਹੀਂ ਹੋਈ। ਠੀਕ ਹੈ, ਇਹਨਾਂ ਦਾ ਪ੍ਰਚਾਰ ਜ਼ਰੂਰ ਕਰ ਰਹੇ ਨੇ ਵੀ ਅਸੀਂ ਆਹ ਫਲ ਲਿਆ, ਫਲਾਨਾ ਫਲ ਲਿਆ। ਪਹਿਲਾਂ ਵੀ ਫੜੇ ਜਾਂਦੇ ਸੀ ਜਿਹੜੇ ਕਰਪਸ਼ਨ ਵਾਲੇ ਬੰਦੇ, ਕਰਪਸ਼ਨ ਕਰਦੇ ਸੀ, ਪਰ ਉਹ ਬੰਦੇ ਅੱਜ ਵੀ ਫੜੇ ਜਾਂਦੇ ਹੈ। ਜੇ ਕਰਪਸ਼ਨ ਹੀ ਇਹਨਾਂ ਨੇ ਖਤਮ ਕੀਤੀ ਹੁੰਦੀ ਤਾਂ ਅੱਜ ਵਿਜੀਲੈਂਸ ਵੱਡੇ ਵੱਡੇ ਛਾਪੇ ਮਾਰ ਕੇ, IED ਮਾਰ ਕੇ ਛਾਪੇ, ਵੱਡੇ ਵੱਡੇ ਜਿਹੜੇ ਸਕੈਂਡਲ ਹੈ ਉਹ ਕਿਉਂ ਫੜ ਰਹੀ ਹੈ ਜੇ ਇਹਨਾਂ ਨੇ ਜਿਹੜੀ ਖਤਮ ਕੀਤੀ ਹੈ ਰਿਸ਼ਵਤ? ਰਿਸ਼ਵਤ ਜਾਇਜ਼ ਦੀ ਜੋ ਚੱਲੀ ਜਾਂਦੀ ਹੈ। ਜੇ ਕੇਜਰੀਵਾਲ ਸੱਚੀ ਮਿੱਟੀ ਫਸਿਆ ਤਾਂ ਹੀ ਉਹ ਸਰਕਾਰ ਨੇ ਚੱਕ ਕੇ ਉਹਨੂੰ ਜੇਲ੍ਹ 'ਚ ਕੀਤਾ। ਇਸ ਵਾਸਤੇ ਜੇ ਉਹਨੇ ਭੁਗਤਣਾ, ਜੇ ਉਹ ਕੰਮ ਉਹਨੇ ਕੀਤੇ ਤਾਂ ਉਹਨੂੰ ਭੁਗਤਣਾ ਪੈਣਾ। ਹੁਣ ਜਿਵੇਂ ਤੁਸੀਂ ਬਹੁਤ ਵੱਡੀ ਸਪੋਰਟ ਕੀਤੀ ਸੀ ਇਹ ਸਰਕਾਰ ਬਣਾਉਣ ਵਾਸਤੇ, ਅਤੇ ਹੁਣ ਜਲਦੀ ਗਏ ਉਹਨਾਂ ਦੇ ਜਿਹੜਾ ਵਿਰੋਧ ਵਿੱਚ ਧਰਨੇ ਲੱਗਣੇ ਸ਼ੁਰੂ ਹੋ ਗਏ? ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ। ਮੁਲਾਜ਼ਮ ਚਾਹੁੰਦੇ ਸੀ, ਮੁਲਾਜ਼ਮਾਂ ਨੇ ਕਾਂਗਰਸ ਅਕਾਲੀ ਦਲ ਬਾਦਲ ਦੇਖ ਲਿਆ ਸੀ, ਪੂਰੇ ਅੱਕੇ ਹੋਏ ਮੁਲਾਜ਼ਮ ਸੀ। ਮੁਲਾਜ਼ਮ ਇਹ ਦੇਖ ਰਹੀ ਸੀ ਵੀ ਤੀਜਾ ਕੋਈ ਫਰੰਟ ਆਵੇ ਤਾਂ ਇਹ ਕੁਦਰਤੀ ਜਿਹੜੀ ਆਮ ਆਦਮੀ ਪਾਰਟੀ ਇਲੈਕਸ਼ਨਾਂ 'ਚ ਆਈ, ਅਤੇ ਮੁਲਾਜ਼ਮਾਂ ਨੇ ਸੋਚਿਆ ਵੀ ਜੇ ਆਪਾਂ ਬਦਲਾਓ ਕਰਕੇ ਦੇਖ ਲਓ, ਜੇ ਇਹ ਪਾਰਟੀ ਆਉਂਦੀ ਹੈ ਸ਼ਾਇਦ ਆਪਣੀ ਗੱਲ ਸੁਣ ਲਈ। ਪਰ ਅਸੀਂ ਦੇਖ ਲਿਆ ਵੀ ਪਿਛਲੀਆਂ ਸਰਕਾਰਾਂ 'ਚ ਔਰ ਭਗਵੰਤ ਮਾਨ ਦੀ ਸਰਕਾਰ 'ਚ ਪੂਰਾ ਹੀ ਫਰਕ ਨਹੀਂ ਹੈ। ਸਾਡਾ ਉਹੀ DA ਦੱਬੀ ਬੈਠੀ ਹੈ, ਪੇ ਕਮਿਸ਼ਨ ਦੀ ਰਿਪੋਰਟ ਦਾ ਏਰੀਅਰ ਦੱਬੀ ਬੈਠੀ ਹੈ, ਜੱਜੀਆਂ ਟੈਕਸ 200 ਰੁਪਏ ਕਹਿੰਦੇ ਸੀ ਬੰਦ ਕਰ ਦਿਆਂਗੇ ਉਹ ਨਹੀਂ ਕੀਤਾ,
ਕੱਚੇ ਮੁਲਾਜ਼ਮਾਂ ਨੂੰ ਇਹ ਕਹਿੰਦੇ ਸੀ ਪੱਕਿਆ ਕਰ ਦਿਆਂਗੇ, ਇੱਕ ਵੀ ਮੁਲਾਜ਼ਮ ਜਿਹੜਾ ਪੰਜਾਬ ਦੇ ਵਿੱਚ ਕੱਚਾ ਸੀ ਉਹਨਾਂ ਨੂੰ ਕੋਈ ਪੱਕਾ ਨਹੀਂ ਕੀਤਾ। ਇਸ ਕਰਕੇ ਮੁਲਾਜ਼ਮ ਅੱਜ ਆਪਦੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹੈ ਕਿ ਅਸੀਂ ਗਲਤ ਫੈਸਲਾ ਲੈ ਲਿਆ, ਉਹਨਾਂ ਨੇ ਮੁੜ ਉਹਨਾਂ ਚੋਂ ਲੋਕਾਂ ਨੂੰ ਚੰਗਾ ਕਹਾਤਾ ਜਿਹੜੀਆਂ ਪਹਿਲਾਂ ਸਰਕਾਰਾਂ ਸੀ। ਇਸ ਵਾਸਤੇ ਜਿੱਥੇ ਸੈਂਟਰ ਦੀ ਸਰਕਾਰ ਹੈ ਉਹਦੇ ਉੱਤੇ ਵੀ ਅਸੀਂ ਜਿਹੜਾ ਇਹ ਅੱਜ ਦਾ ਜਿਹੜਾ ਵਿਰੋਧ ਕਰ ਰਹੇ ਹੈ ਔਰ ਪੰਜਾਬ ਦੀ ਸਰਕਾਰ ਨੂੰ ਯਾਦ ਕਰਾਉਂਦੇ ਹੈ ਕਿ ਤੂੰ ਕਿਹੜੇ ਵਾਅਦੇ ਕਰਕੇ ਮੁਲਾਜ਼ਮਾਂ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ, ਅੱਜ ਇੱਕ ਵੀ ਪੰਜਾਬ ਦੇ ਮੁਲਾਜ਼ਮਾਂ ਦਾ ਇੱਕ ਵੀ ਮਸਲਾ ਹੱਲ ਨਹੀਂ ਕੀਤਾ। ਇਸ ਵਾਸਤੇ ਅਸੀਂ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਲੋਕਾਂ ਨੂੰ ਚੇਤਨਾ ਮਾਰਚ ਜਿਹੜਾ ਕੱਢ ਰਹੇ ਹਾਂ, ਅਸੀਂ ਦੱਸਣਾ ਹੈ ਕਿ ਲੋਕੋ ਸੁਚੇਤ ਹੋ ਜਾਓ। ਜਿਸ ਤਰ੍ਹਾਂ ਮਨਪ੍ਰੀਤ ਬਾਦਲ ਨੂੰ ਬਠਿੰਡੇ ਤੋਂ ਆਪਾਂ ਭਜਾਇਆ, ਇਹ ਵੱਡਾ ਪ੍ਰੋਗਰਾਮ ਹੈ ਪੂਰੇ ਪੰਜਾਬ ਦਾ, ਭਗਵੰਤ ਮਾਨ ਦੇ ਜਿਹੜੇ ਨੁਮਾਇੰਦੇ ਖੜ੍ਹੇ ਨੇ ਅੱਜ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ, ਬੀਜੇਪੀ ਦੇ ਨੁਮਾਇੰਦਿਆਂ ਦਾ ਡਟ ਕੇ ਵਿਰੋਧ ਕਰਾਂਗੇ ਕਿ ਕੋਈ ਵਿਰੋਧੀ ਸਰਕਾਰ ਹੈ। ਸੈਂਟਰ ਦੀ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਹੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ। ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਪੰਜਾਬ ਤੋਂ ਚੱਲ ਰਹੀ ਹੈ ਸਰਕਾਰ ਜਾਂ ਹੋਰ ਮੌੜ ਸਾਹਿਬ ਨੂੰ, ਮੈਂ ਇਹ ਸਮਝਦਾ ਕਿ ਸਰਕਾਰ ਭਗਵੰਤ ਮਾਨ ਦੀ ਦਿੱਲੀ ਦੇ ਇਸ਼ਾਰਿਆਂ 'ਤੇ ਚੱਲਦੀ ਹੈ, ਪੰਜਾਬ ਦੇ ਇਸ਼ਾਰਿਆਂ 'ਤੇ ਇਹਨਾਂ ਦਾ ਆਪਣਾ ਕੋਈ ਫੈਸਲਾ ਨਹੀਂ ਹੈ। ਪਿਛਲੇ ਦਿੱਲੀ ਜਿਹੜਾ ਮੌੜ ਵਿਖੇ ਭਗਵੰਤ ਮਾਨ ਆਏ ਸੀਗੇ ਅਤੇ ਉਹਨਾਂ ਨੇ ਰੈਲੀ ਕਰਨੀ ਸੀ, ਪਰ ਜਿਹੜੇ ਸ਼ਹਿਰ ਵਾਸੀਆਂ ਸੀ ਉਹਨਾਂ ਇੰਨਾ ਵਿਰੋਧ ਕੀਤਾ ਕਿ ਉੱਥੇ ਜਿਹੜਾ ਆਪਣੀ ਰੈਲੀ ਵੀ ਨਹੀਂ ਕਰ ਸਕਿਆ। ਦੇਖੋ ਜੀ, ਮੈਂ ਇਸ ਗੱਲ ਨੂੰ ਇਹ ਸਮਝਦਾ ਜੇ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਘੱਟੋ ਘੱਟ ਉਹਨਾਂ ਨੂੰ ਸਿਰੇ ਚੜ੍ਹਾਉਣਾ ਚਾਹੀਦਾ ਸੀ, ਵਿੱਚ ਪੋਸਟਪੋਨ ਨਹੀਂ ਕਰਨਾ ਚਾਹੀਦਾ ਸੀ। ਮੈਂ ਇੰਨਾ ਹੀ ਕਹਾਂਗਾ ਇਹਦੇ ਬਾਰੇ 'ਚ। ਹੁਣ 2024 ਦੀਆਂ ਚੋਣਾਂ ਆਈਆਂ, ਉਹਨਾਂ ਬਾਰੇ ਤੁਹਾਡਾ ਕਿਸ ਤਰ੍ਹਾਂ ਦਾ ਵਿਚਾਰ? 2024 ਦੀਆਂ ਚੋਣਾਂ 'ਚ ਮੁਲਾਜ਼ਮ ਹੈ ਉਹ ਬੀਜੇਪੀ ਔਰ ਆਮ ਪਾਰਟੀ ਦੇ ਡਟ ਕੇ ਖਿਲਾਫ਼ ਭੁਗਤਣਗੇ, ਕਿਉਂਕਿ ਸਾਡੇ ਮੁਲਾਜ਼ਮ ਅਤੇ ਦੋਨਾਂ ਨੇ ਤਿੱਖੇ ਵਾਰ ਕੀਤੇ। ਇਸ ਕਰਕੇ ਅਸੀਂ ਡਟ ਕੇ ਇਹਨਾਂ ਦੋਨਾਂ ਪਾਰਟੀਆਂ ਦਾ ਵਿਰੋਧ ਕਰਾਂਗੇ। ਇਸ ਕਰਕੇ ਅੱਜ ਲੋਕਾਂ ਨੂੰ ਚੇਤਨਾ ਮਾਰਚ ਵਿੱਚ ਸ਼ਮੂਲੀਅਤ ਕਰਕੇ ਲੋਕਾਂ ਨੂੰ ਚੇਤਨ ਕਰਨਾ ਹੈ ਕਿ ਭਰਾਓ ਆਪਣੇ ਨਾਲ ਵਾਅਦੇ ਕੀਤੇ ਸੀ, ਚਾਹੇ ਦੁਕਾਨਦਾਰ ਹੈ, ਚਾਹੇ ਵਪਾਰੀ ਹੈ, ਚਾਹੇ ਕਿਸਾਨ ਹੈ, ਚਾਹੇ ਮੁਲਾਜ਼ਮ ਹੈ, ਕਿਸੇ ਧਿਰ ਦੇ ਮਸਲੇ ਇਹਨਾਂ ਨੂੰ ਕੋਈ ਹੱਲ ਨਹੀਂ ਕੀਤੇ। ਇਸ ਕਰਕੇ ਅਸੀਂ ਡਟ ਕੇ ਅੱਜ ਉਹਨਾਂ ਦਾ ਵਿਰੋਧ ਕਰਨਾ। ਇਹ ਹਨ ਸਮੂਹ ਮੁਲਾਜ਼ਮ ਜਥੇਬੰਦੀਆਂ ਜਿਨ੍ਹਾਂ ਵੱਲੋਂ ਚੇਤਨਾ ਮਾਰਚ ਕੀਤਾ ਜਾ ਰਿਹਾ ਹੈਗਾ ਅਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਲੋਕਾਂ ਨੂੰ ਝੂਠੇ ਸਾਜ ਵਾਗ ਦਿਖਾ ਕੇ ਜਿਹੜੇ ਸਤਾ ਹਾਸਲ ਕੀਤੀ ਸੀਗੀ, ਤੇ ਇਸ ਵਾਰ ਵੀ ਤੁਸੀਂ ਆਪਣਾ ਸੋਚ ਸਮਝ ਕੇ ਕਿ ਜਿਹੜਾ ਵੋਟ ਪਾਉਣਾ ਤੇ ਇਹਨਾਂ ਵੱਲੋਂ ਬੀਜੇਪੀ ਅਤੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬਠਿੰਡਾ ਤੋਂ ਅਜੀਤ ਟੀਵੀ ਲਈ ਨਰਸਿੰਘ ਸਿੱਧੂ ਦੀ ਰਿਪੋਰਟ।